ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜਵਾ ਕੇ ਦੀ ਬੀਤੇ ਦਿਨੀ ਅਸਾਮ ਦੀ ਦਿਬਰੂਗੜ੍ਹ ਜੇਲ੍ਹ 'ਚ ਅਚਾਨਕ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਸਨੂੰ ਅਸਾਮ ਮੈਡੀਕਲ ਕਾਲਜ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਦੋਂ ਇਸ ਮਾਮਲੇ ਸੰਬੰਧੀ ਪ੍ਰਧਾਨ ਮੰਤਰੀ ਬਾਜਵਾ ਕੇ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਬਾਜਵਾ ਕੇ ਹਸਪਤਾਲ 'ਚ ਦਾਖਲ ਹੈ। ਦੱਸ ਦੇ ਕਿ ਪ੍ਰਧਾਨ ਮੰਤਰੀ ਬਾਜਵਾ ਕੇ ਦੀ ਮਾਨਸਿਕ ਸਮੱਸਿਆਵਾਂ ਤੋਂ ਪੀੜਿਤ ਦੱਸਿਆ ਜਾ ਰਿਹਾ, ਇਸ ਕਰਕੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪਰ ਪਰਿਵਾਰ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਬਾਜਵਾ ਕੇ ਦੀ ਮਾਨਸਿਕ ਹਾਲਤ ਬਿਲਕੁਲ ਠੀਕ ਸੀ, ਅਚਾਨਕ ਉਸਨੂੰ ਕੀ ਹੋਇਆ ਇਸ ਬਾਰੇ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਕੋਈ ਇਤਲਾਹ ਨਹੀਂ ਦਿੱਤੀ ਤੇ ਨਾ ਹੀ ਪਿਛਲੇ ਕੁਝ ਮਹੀਨਿਆਂ ਤੋਂ ਅਸੀਂ ਉਸ ਨਾਲ ਮੁਲਾਕਾਤ ਕੀਤੀ ਹੈ। ਗੱਲ ਸਾਡੀ 3 ਮਹੀਨੇ 3.5 ਮਹੀਨੇ ਘੱਟੋ ਘੱਟ 3 ਮਹੀਨਿਆਂ ਦੇ ਲਾਗੇ ਹੋ ਚੱਲੀ, 2.5 ਮਹੀਨੇ ਨਾਲ ਜਾ ਉੱਤੇ ਹੀ ਹੋ ਚੱਲੀ ਹੈ ਵੀ ਗੱਲ ਸਾਨੂੰ ਉਹਨਾਂ ਕਰਾਈ ਨੂੰ ਵੀ ਉਹਨਾਂ ਜੂੰ ਕੈਮਰੇ ਬੰਦ ਕੀਤੇ ਨੇ। ਮੈਂ ਅੰਦਰੋਂ ਹੀ ਕੈਮਰਿਆਂ ਗੱਲ ਕਰਾਉਂਦੇ ਸੀ, ਆਪਦੇ ਫੋਨਾਂ 'ਤੇ ਗੱਲ ਕਰਾਉਂਦੇ ਸੀ, ਜਦੋਂ ਦੇ ਫੋਨ ਉਹਨਾਂ ਅੰਦਰੋਂ ਬੰਦ ਕਰ ਦਿੱਤੇ ਨੇ। ਉਹ ਕਈ ਤਾਂ ਦਾ ਸੀ ਬਈ ਆਪਣੇ ਆਪ ਵੋਟਾਂ ਕਰਕੇ ਬੰਦ ਕੀਤੇ ਨੇ, ਕੋਈ ਕੁਛ ਆਖ ਦਿੰਦਾ ਸੀ। ਅਸੀਂ ਹੁਣ ਕਿ ਨਪਾੜ ਬੰਦੇ ਅਸੀਂ ਜਾਂ ਵੋਟਾਂ ਕਰਕੇ ਖਰੇ ਉਹਨਾਂ ਬੰਦ ਕਰ ਦਿੱਤੇ ਹੋਣਗੇ ਵੀ ਵੋਟਾਂ ਦਾ ਜੇ ਜ਼ਿਆਦਾ ਕਰਨਗੇ ਤਾਂ ਜ਼ਿਆਦਾ ਖਿਲਾਰ ਹੋਵੇਗਾ, ਅਗਲਾਂ ਦਾ ਸਪੋਰਟ ਕਰੋ, ਉਹ ਕਰੋ, ਆਹ ਕਰੋ, ਤਦ ਕਰਕੇ ਬੰਦ ਕਰਤੇ ਨੇ। ਅਤੇ ਸਰਕਾਰ ਨਾਲ ਚਾਹੀਦਾ ਹੈਗਾ ਇਹ ਕਿਹੜੀਆਂ ਇਹਦੇ ਨਾਲ ਵੋਟਾਂ ਪੈਣੀਆਂ ਸੀ, ਕੈਮਰਿਆਂ ਥੋੜ੍ਹੀਆਂ ਆਣ ਕੇ ਇਹਨਾਂ ਫੋਨਾਂ 'ਚ ਵੋਟਾਂ ਪੈਣੀਆਂ, ਵੋਟਾਂ ਤਾਂ ਲੋਕਾਂ ਪਾਉਣੀਆਂ ਸੀ ਜੇ ਵੋਟਾਂ ਰਾਹੀਂ ਵੀ ਚੱਲ ਇਹ ਵੀ ਕੰਮ ਕਰਦੇ। ਸਰਕਾਰ ਨੂੰ ਇਹ ਤਾਂ ਕੰਮ ਕਰਨਾ ਚਾਹੀਦਾ, ਅਸੀਂ 30-32 ਕਿਲੋਮੀਟਰ 'ਤੇ ਅਸੀਂ ਬੈਠੇ ਹਾਂ, ਇੱਥੇ ਕਿਹੜਾ ਰੋਜ਼ ਬੱਸ ਜਿੱਦਾਂ 10 ਰੁਪਈਏ ਦਿਆਂਗੇ ਅਤੇ ਪਹਾੜਾ ਦੇ ਕੇ ਅਤੇ ਉੱਥੇ ਚਲੇ ਮੋਗੇ ਜਾ ਕੇ ਫਿਰ ਮੇਲ ਆਵਾਂਗੇ। ਇੱਥੇ 40-45 ਹਜ਼ਾਰ ਰੁਪਈਆ ਲੱਗਦਾ ਅਤੇ ਸਰਕਾਰਾਂ ਤਾਂ ਚਾਹੀਦਾ ਨਹੀਂ ਬੰਦ ਕਰਨੇ ਕੈ ਮੋਬਾਇਲ ਤਾਂ ਸੁਵਿਧਾ ਦਿੱਤੀ ਰੱਖਦੇ, ਸਾਨੂੰ ਗਏ ਨੇ ਅਸੀਂ ਨਾਮ ਜਾਂਦੇ ਤਾਂ ਸਾਨੂੰ ਫਿਰ ਵੀ ਇੱਥੇ ਬੈਠਿਆਂ ਸਾਰਾ ਕੁਝ ਪਤਾ ਲੱਗਦਾ ਰਹਿੰਦਾ ਸੀ ਸਾਡਾ ਜਿਹੜਾ ਜੀ ਉੱਥੇ ਸੁੱਖ ਸਾਂਦ ਇਹ ਬਹੁਤ ਚੰਗਾ ਹੈ ਮਾੜਾ ਇਹ ਕਿਵੇਂ ਆ ਉਹ ਹਾਲਾਤਾਂ ਦਾ ਪਤਾ ਲੱਗਦਾ ਰਹਿੰਦਾ ਸੀ। ਅੱਗੇ ਦੂਰ ਸਾਲੇ 'ਚ ਸਾਨੂੰ ਇਹੋ ਜਿਹੀ ਪਰੇਸ਼ਾਨੀ ਕਦੀ ਨਹੀਂ ਆਈ ਜਿਹੜੀ ਅੱਜ ਪਰੇਸ਼ਾਨੀਆਂ ਨਾਲ ਕੱਢ ਮਾਰੀਏ ਵੀ ਕੋਈ ਆਪਣੇ ਮੁੰਡੇ ਦੀ ਕੋਈ ਅੱਜ ਕੱਲ੍ਹ ਕੋਈ ਖੂਨ ਸੰਘਣਾ ਚਲੋ ਤਾਂ ਦਵਾਈ ਦਿਓ ਉਹਨੂੰ, ਇੱਧਰ ਅਸੀਂ ਕੋਈ ਦਵਾਈ ਕਰ ਲਈ ਕੁਛ ਉਹਨੇ ਉੱਥੋਂ ਆਪਦੇ ਟੈਸਟ ਕਰਾ ਲੈਂਦਾ ਸੀ, ਅਸੀਂ ਉਹਨੂੰ ਉਹਦੇ 'ਚ ਟੈਸਟ ਕਰਾ ਲਿਆ ਪੈਸਿਆਂ ਦੀ ਪੁੱਤਰ ਕੋਈ ਗੱਲ ਨਹੀਂ ਪੈਸੇ ਅਸੀਂ ਤਾਂ ਦੇ ਦਿਆਂਗੇ ਦੇ ਜਾਂਦੇ ਹਾਂ ਅਤੇ ਟੈਸਟ ਤੂੰ ਕਰਾ ਲਾ, ਉਹ ਟੈਸਟ ਆਪਦੇ ਕਰਾ ਲੈਂਦੇ, ਉੱਥੋਂ ਵੀ ਕਰਾਏ ਦੇ ਇੱਥੋਂ ਵੀ ਅਸੀਂ ਦਵਾਈ ਉਹਦੇ ਲਈ ਕਰ ਲਈ, ਫਿਰ ਉੱਥੋਂ ਦੀ ਦਵਾਈ ਦਵੂਈ ਲੈਣ ਲੱਗ ਪਿਆ, ਫਿਰ ਉਹ ਦਵਾਈ ਠੀਕ ਸੀ ਵਧੀਆ ਸੀ ਕੋਈ ਗੱਲਬਾਤ ਪਰੇਸ਼ਾਨੀ ਨਹੀਂ ਇਹੋ ਜਿਹੀ ਜੇ ਦਿਮਾਗੀ ਤੁਸੀਂ ਆ ਜਾਓ ਦਿਮਾਗੀ ਤੁਹਾਨੂੰ ਅੱਜ ਤਾਈਂ ਅੱਜ 30-35 ਸਾਲ ਦਾ ਹੋ ਚੱਲਿਆ ਉਹਨੂੰ ਕੋਈ ਇਹੋ ਜਿਹੀ ਗੱਲ ਹੀ ਨਹੀਂ ਹੈਗੀ ਵੀ ਕੋਈ ਦਿਮਾਗੀ ਉਹਦਾ ਜਿੱਥੇ ਬਹਿ ਜਾਂਦਾ ਉੱਥੇ ਰੌਣਕ ਲਾ ਦਿੰਦਾ ਸੀ 50 ਬੰਦੇ ਇਕੱਠੇ ਕਰ ਲੈਂਦਾ ਸੀ ਜੇ ਇੱਕ ਥਾਂ 'ਤੇ ਬਹਿ ਜਾਂਦਾ ਸੀ ਐਡੇ ਹੱਥੇ ਮਖੌਲ ਕਰਦਾ ਸੀ ਉਹਨੂੰ ਤਾਂ ਅਗਲੇ ਬਦੋ ਬਦੀ ਬਹਾਉਂਦੇ ਸੀ ਤੂੰ ਬਹਿ ਮੰਤਰੀ ਬਹਿ ਸਾਡੇ ਕੋਲ ਬਹਿ ਫਿਰ ਉਹਨੇ ਕਿਸੇ ਨੂੰ ਮਾੜਾ ਨਹੀਂ ਬੋਲਣਾ ਉਹਨੇ ਆਪਦੇ ਕੰਮ 'ਚ ਰਹਿਣਾ ਵੀਡੀਓ ਪਾਲਾ ਕੋਈ ਇਸ ਤਰ੍ਹਾਂ ਕਰ ਲਾ ਉਹਨੇ ਕਿਸੇ ਹੋਰ ਨਹੀਂ ਉਹਨੇ ਕਿਸੇ ਕੰਮ 'ਚ ਨਹੀਂ ਕਿਸੇ ਨਾਲ ਮਾੜਾ ਨਹੀਂ ਕਿਸੇ ਨਾਲ ਚੰਗਾ ਕਿਸੇ ਨਾਲ ਹੋਰ ਨਹੀਂ ਉਹਨੇ ਕੋਈ ਗੱਲਬਾਤ ਕਰਨੀ ਉਹਨੇ ਰਾਤ ਦੀ ਵੀਡੀਓ ਪਾਉਣ ਚਲੇ ਜਾਣਾ ਚਾਹੇ ਕਿਸੇ ਨਾਲ ਪਹਿਲਾਂ ਮਾੜਾ ਮੋਟਾ ਵਪਾਰ ਵਪੂਰ ਕਰਦੇ ਉਹ ਛੱਡ ਗਿਆ ਵੀਡੀਓ ਵੂਡੀਓ ਬੰਨੇ ਹੋ ਗਿਆ ਅਤੇ ਉਹ ਵੀਡੀਓ ਵੂਡੀਓ ਪਾਉਂਦਾ ਸੀ ਜੇ ਸਰਕਾਰ ਨੂੰ ਹੁਣ ਵੇਖੋ ਨਹੀਂ ਚੰਗਾ ਲੱਗਾ ਇੱਕ ਉਹਨੇ ਅੰਮ੍ਰਿਤ ਛਕ ਲਿਆ ਖਰੇ ਅੰਮ੍ਰਿਤ ਸਾਨੂੰ ਅੰਮ੍ਰਿਤ ਦਾ ਗੁਨਾਹ ਹੋ ਗਿਆ ਜਿਹੜਾ ਉਹਨੇ ਛਕ ਲਿਆ ਅਤੇ ਸਾਨੂੰ ਜੇਲ੍ਹਾਂ ਹੁਣ ਵੇਖਣੀਆਂ ਪਈਆਂ ਨੇ ਵੀ ਸਾਨੂੰ ਤਾਂ ਹੁਣ ਗੁਰੂ ਘਰ ਮੱਥਾ ਟੇਕਣਾ ਵੀ ਨਾ ਬੜਾ ਇਹ ਸਰਕਾਰ ਜਿਹੜਾ ਬੜਾ ਭੈੜਾ ਸਮਝੀ ਗੁਰੂ ਘਰ ਮੱਥਾ ਵੀ ਨਾ ਟੇਕਣ ਹੁਣ ਉੱਥੋਂ ਸਾਬੋ ਕੀ ਤਲਵੰਡੀ ਤੋਂ ਮਾਰਚ ਕੱਢ ਕੇ ਲਿਆਉਣਾ ਸੀ ਅਤੇ ਇੱਥੇ ਅੰਮ੍ਰਿਤਸਰ ਖਤਮ ਕਰਨਾ ਸੀ ਅਤੇ ਉਹ ਸਰਕਾਰ ਨੇ ਪਹਿਲਾਂ ਹੀ 5-6 ਬੰਦੇ ਉਹਦੀ ਮਾਂ ਪਿਓ ਨੂੰ ਵੀ ਚੁੱਕ ਉਹਦੀ ਮਾਂ ਨੂੰ ਵੀ ਚੁੱਕ ਲਿਆ ਉਹਦੇ ਚਾਚੇ 2 ਚਾਚਿਆਂ ਨੂੰ ਚੁੱਕ ਲਿਆ 6 ਬੰਦੇ ਚੁੱਕ ਕੇ ਲੈ ਗਏ ਅਤੇ ਮੈਂ ਥੋੜ੍ਹਾ ਪਿੱਛੇ ਰਹਿ ਗਿਆ ਮੈਂ 10 ਕੁ ਮਿੰਟ ਨਾ ਗਿਆ ਨਹੀਂ ਤਾਂ ਮੈਨੂੰ ਉਹਨਾਂ ਨਾਲ ਚੁੱਕ ਲੈਣਾ ਸੀ ਸਰਕਾਰਾਂ ਤੋਂ ਹੁਣ ਸਾਨੂੰ ਮੱਥਾ ਟੇਕਣ ਤੋਂ ਵੀ ਬਿਠਾਉਣੀਆਂ ਮੱਥਾ ਟੇਕਣ ਵੀ ਨਾ ਗੁਰਦੁਆਰਿਆਂ 'ਚ ਜਾਣ ਅੱਜ ਤੋਂ ਨਹੀਂ ਸਰਕਾਰਾਂ ਦਾ ਤਾਈਆਂ ਪਈਆਂ ਨੇ ਆਖਿਰ ਸਰ ਜਿਹੜਾ ਭਗਵੰਤ ਮਾਨ ਹੈਗਾ ਤਾਂ ਸਿੱਖਾਂ ਦਾ ਮੁੰਡਾ ਹੈ ਕਿਹੜਾ ਕਿਸੇ ਹੋਰ ਦਾ ਮੁੰਡਾ ਅਤੇ ਨਾਲੇ ਜਿਹੜੇ ਹਿੰਦੂ ਨੇ ਉਹ ਵੀ ਵਿਚਾਰੇ ਮੁਸਲਮਾਨ ਕਿਹੜੇ ਨੇ ਉਹ ਵੀ ਚੰਗੇ ਨੇ ਜਿਹੜੇ ਹਿੰਦੂ ਨੇ ਉਹ ਵੀ ਆਪਦੇ ਦੀਨ ਦੇ ਪੱਕੇ ਨੇ ਆਪਦੇ ਮਜ਼ਹਬ ਵਿੱਚ ਜੋ ਜੇ ਉਹ ਵੀ ਮਹਾਰਾਜ ਨੂੰ ਕੋਈ ਮੰਨਦਾ ਕੋਈ ਆਪਣਾ ਮੰਦਰ 'ਚ ਜਾਂਦਾ ਹੈ ਕੋਈ ਆਪਦੀ ਮਸਜਿਦ 'ਚ ਜਾਂਦਾ ਉਹ ਸਾਰੇ ਜਿਵੇਂ ਜਿਵੇਂ ਆਪਦੇ ਧਰਮਾਂ 'ਤੇ ਪੱਕੇ ਨੇ
ਅਤੇ ਉਵੇਂ ਹੀ ਸਿੱਖ ਵੀ ਉਵੇਂ ਪੱਕਾ ਜਿਵੇਂ ਜਿਵੇਂ ਇਹ ਆਪਦੇ ਧਰਮ ਦਾ ਆਪਦਾ ਪੱਕਾ ਹੈ, ਹਿੰਦੂ ਆਪਦੇ ਧਰਮ ਦੇ ਪੱਕੇ ਨੇ, ਮੁਸਲਮਾਨ ਆਪਦੇ ਧਰਮ ਦੇ ਪੱਕੇ ਨੇ, ਕੋਈ ਕਿਸੇ ਦਾ ਨਹੀਂ, ਕਿਸੇ ਨਾਲ ਦੁੱਖ ਨਹੀਂ। ਇਹ ਜਿਹੜੇ ਹਿੰਦੂ ਨੇ ਉਹ ਵੀ ਸਾਡੇ ਭਰਾ ਨੇ, ਜਿਹੜੇ ਮੁਸਲਮਾਨ ਨੇ ਉਹ ਵੀ ਸਾਡੇ ਭਰਾ ਨੇ, ਜਿਹੜੇ ਮਜ਼੍ਹਬੀ ਸਿੰਘ ਨੇ ਉਹ ਵੀ ਸਾਡੇ ਭਰਾ ਨੇ, ਉਹ ਵੀ ਸਾਡੇ ਘਰਾਂ 'ਚ ਕੰਮ ਕਰਦੇ ਨੇ। ਜਿਹੜੇ ਹਿੰਦੂ ਵੀਰ ਨੇ ਉਹਨਾਂ ਦੀਆਂ ਹੁਣ ਸ਼ਹਿਰਾਂ 'ਚ ਆੜਤਾਂ ਨੇ, ਦੁਕਾਨਾਂ ਨੇ, ਅਸੀਂ ਉਹਨਾਂ ਕੋਲ ਜਾਂਦੇ ਹਾਂ, ਸੌਦੇ ਪੱਤੇ ਲਿਆਉਣੇ ਆ, ਦੁਕਾਨਾਂ ਜਾਂਦੇ ਹਾਂ, ਸਾਡੇ ਦਾ ਅਰਸਾਦਾਰ ਉਹਨਾਂ ਨਾਲ ਚੱਲਦੇ ਹਿੰਦੂਆਂ ਭਰਾਵਾਂ ਨਾਲ। ਜੇ ਮੁਸਲਮਾਨ ਨੇ ਉਹ ਵੀ ਸਾਡੇ ਭਰਾ ਨੇ, ਸਾਡੇ ਨਾਲ ਤਾਂ ਕਿਸੇ ਨਾਲ ਵਿਤਕਰਾ ਹੀ ਨਹੀਂ ਹੈਗਾ, ਅਤੇ ਵਿਤਕਰਾ ਸਾਡੀਆਂ ਸਰਕਾਰਾਂ ਸਾਡੇ ਨਾਲ ਪਾਈ ਬੈਠੀਆਂ ਨੇ, ਕਦੀ ਕੁਛ ਕਰ ਦਿੰਦੀਆਂ, ਕਦੀ ਕੁਛ ਕਰ ਦਿੰਦੀਆਂ ਨੇ। ਇਹ ਸਰਕਾਰਾਂ ਜਿਹੜੀਆਂ ਇਹ ਹਿੰਦੂ ਮੁਸਲਮਾਨ ਨੂੰ ਹੀ ਲੜਾ ਕੇ ਰਾਜੀ ਨੇ, ਜੇ ਇਹ ਆਪਾਂ ਨੂੰ ਲੜਾਉਣਗੇ ਤਾਂ ਰਾਜ ਕਰਨਗੀਆਂ, ਜੇ ਨਾ ਲੜਾਉਣਗੇ ਤਾਂ ਇਹਨਾਂ ਨੂੰ ਪੁੱਛਣਾ ਕਿਸੇ ਨੀਗਾ। ਤੁਸੀਂ ਹੁਣ ਅਖੀਰਲੀ ਵਾਰ ਕਦੋਂ ਮਿਲ ਕੇ ਆਏ ਹੋ? ਅਖੀਰਲੀ ਵਾਰ ਸਾਨੂੰ ਹੁਣ 3 ਮਹੀਨੇ ਘੱਟ ਘੱਟ 2.5-3 ਮਹੀਨੇ ਹੋ ਚੱਲੇ ਮਿਲੇ ਨੂੰ। ਮਿਲਣ ਦਿੰਦੇ ਨੇ ਇੱਥੋਂ ਏਮਏਲ ਪਾਈ ਦੀ ਹੈ, ਏਮਏਲ ਪਾ ਕੇ ਡੀਸੀ ਨੂੰ, ਉਹ ਉੱਧਰ ਡਿਬਰੂਗੜ੍ਹ ਜੇਲ੍ਹ ਚਲੀ ਜਾਂਦੀ, ਉਹ ਫਿਰ ਡਿਬਰੂਗੜ੍ਹ ਜੇਲ੍ਹ ਵਾਲੇ ਇੱਥੇ ਡੀਸੀ ਨੂੰ ਕਰਕੇ ਵਾਅਦਾ ਕਰ ਲੈਂਦੇ ਕਾਗਜ਼ ਪੱਤਰ ਜਿਵੇਂ ਮੈਨੂੰ ਕਰਨਾ ਹੋਵੇ। ਜਦੋਂ ਤੁਸੀਂ ਮਿਲ ਗਏ ਜਦੋਂ ਮਿਲ ਗਏ ਉਦੋਂ ਠੀਕ, ਕੋਈ ਗੱਲਬਾਤ ਹੀ ਨਹੀਂ। ਅਸੀਂ ਮੈਂ ਘੰਟਾ 3-3.5 ਘੰਟੇ ਢਾਈ ਤਿੰਨ ਘੰਟੇ ਅਸੀਂ ਬੈਠੇ ਨੇ, ਜਿਵੇਂ ਮੈਂ ਤਾਂ ਬੈਠੇ ਹਾਂ। ਇਸ ਤਰ੍ਹਾਂ ਮੁਲਾਕਾਤ ਹੁੰਦੀ ਹੈ, ਅੰਦਰ ਜਾ ਕੇ ਕਿਹੜੀ ਬਾਹਰ ਹੁੰਦੀ ਹੈ, ਅੰਦਰ ਜਾ ਕੇ ਮੁਲਾਕਾਤ ਹੁੰਦੀ ਹੈ। ਉੱਥੇ ਸਾਨੂੰ ਇਸ ਤਰ੍ਹਾਂ ਕਈ ਵਾਰ ਹੱਸਦੇ ਹਨ, ਚਾਹ ਪਾਣੀ ਅੱਗੇ ਪਿਆ ਦਿੰਦੇ, ਜਦੋਂ ਤਾਂ ਕੈਮਰੇ ਕੋਲ ਲਾਏ ਉਦੋਂ ਪਿੱਛੇ ਚਾਹ ਪਾਣੀ ਤਾਂ ਉਹ ਥੋੜ੍ਹੀ ਰੋਕ ਟੋਕ ਅਤੇ ਚਾਹ ਪਾਣੀ ਤਾਂ ਉਹ ਅੱਗੇ ਸਾਨੂੰ ਵਿਚਾਰੇ ਪੁਲਿਸ ਵਾਲੀ ਪਿਆ ਦਿੰਦੇ ਸੀ, ਉੱਥੋਂ ਦੇ ਜਾਂ ਪ੍ਰਾਸ ਨੇ ਉਹ ਹੀ ਪਿਆ ਦਿੰਦੇ ਸੀ, ਪਾਣੀ ਪੂਣੀ ਵਿਚਾਰੇ ਪਿਆ ਦਿੰਦੇ, ਸਾਰਾ ਕੁਝ ਕਰ ਲੈਂਦੇ। ਪੁਲਿਸ ਵਾਲੇ ਚੰਗੇ ਬੰਦੇ ਨੇ, ਅਸੀਂ ਕਿਉਂ ਮਾੜੀ ਆਖੀਏ? ਜੇ ਚੰਗੀ ਚੀਜ਼ ਨੂੰ ਚੰਗੀ ਆਖਣਾ ਚਾਹੀਦਾ, ਉਹਨੂੰ ਕਿਉਂ ਅਸੀਂ ਮਾੜੀ ਆਖੀਏ? ਉਹ ਬਹੁਤ ਚੰਗੇ ਬੰਦੇ ਨੇ, ਸਾਨੂੰ ਤਾਂ ਜਿੰਨਾ ਆ ਪਿੱਛੇ ਨਾ ਥੋੜ੍ਹੀ ਪਰੇਸ਼ਾਨੀ ਕਰਦੇ ਸੀ ਜਦੋਂ ਆ ਕੈਮਰਿਆਂ ਕੁਮਰਿਆਂ ਦਾ ਆਪਾਂ ਨੂੰ ਪਿਆ, ਉਹ ਜਿਹੜਾ ਨਜਾਇਜ਼ ਨਾ ਬੰਦਾ, ਉਹ ਵੀ ਵਿਚਾਰਾ ਜਿਹੜਾ ਜੇਲ੍ਹ ਸੁਪਰੀਡੈਂਟ ਸੀ, ਉਹਨੂੰ ਵੀ ਜਾਣ ਕੇ ਨਾ ਜੇਲ੍ਹ ਉਸੇ ਜੇਲ੍ਹ 'ਚ ਰੱਖ ਛੱਡਿਆ, ਪਤਾ ਹੁਣ ਵਿਚਾਰਾ ਛੁੱਟ ਗਿਆ ਕਿ ਨਹੀਂ ਛੁੱਟ ਗਿਆ, ਹੁੰਦਾ ਉਹਦੇ ਬਾਰੇ ਨਹੀਂ ਸਾਨੂੰ ਪਤਾ। ਉਹ ਵੀ ਇਹਨਾਂ ਧੱਕਾ ਹੀ ਇਹਨਾਂ ਕੀਤਾ, ਸਰਕਾਰ ਆਪੇ ਲਵਾ ਲੈਂਦੀ ਹੈ ਅਤੇ ਆਪੇ ਹੀ ਆ ਕੇ ਲਵਾ ਲੈਂਦੀ। ਹੁਣ ਜਿਹੜੇ ਸਰਕਾਰ ਦੇ ਥੱਲੇ ਬੰਦੇ ਨੇ, ਉਹਨੂੰ ਜਿਹੜਾ ਕੰਮ ਆਪਾਂ ਨੇ ਆਖਣਾ ਉਹ ਹੀ ਹੋਣਾ। ਹੁਣ ਜਿਹੜਾ ਹੈਗਾ ਇਹ NSLI ਇਹ ਸਾਰਿਆਂ ਦੇ ਨੇ, ਇਹ ਭਗਵੰਤ ਮਾਨ ਇਹ ਹੁਣ DC ਅੰਮ੍ਰਿਤਸਰ ਵਾਲੇ ਵਾਖੇ ਅੰਮ੍ਰਿਤਸਰ ਵਾਲਾ DC ਨੂੰ ਆਖਦੇ ਉਸੇ ਵੇਲੇ ਟੁੱਟ ਜਾਂਦੀ, ਇੱਕ ਮਿੰਟ ਨਹੀਂ ਲੱਗਦਾ, ਉਹਨੇ ਇੱਕ ਅੱਖਰ ਲਿਖ ਦੇਣਾ ਵੀ ਟੁੱਟ ਜਾਣੀ ਉਸੇ ਵੇਲੇ। ਇਹ ਲਵਾਈ ਵੀ ਇਹਨੇ ਆ ਭਗਵੰਤ ਮਾਨ ਨੇ, ਉਤਲੀ ਸਰਕਾਰ ਨੇ ਲਵਾਈ, ਇੱਥੇ ਭਗਵੰਤ ਮਾਨ ਨੇ ਲਵਾਈ ਹੈ, ਇਹ ਹੁਣ ਵੀ ਸਾਨੂੰ ਆਉਂਦੇ ਨੇ। ਇਹ DC ਨੇ ਤੋੜਨੀ ਕਦੋਂ ਮਰਜ਼ੀ ਤੋੜਦੇ, ਪਰ ਆਖਣਾ ਉਹਨਾਂ ਪੈਣਾ। ਜਿਵੇਂ ਹੁਣ ਇੱਕ ਆਪਾਂ ਸੀਰੀ ਰੱਖਿਆ ਅਤੇ ਉਹਨੂੰ ਜੇ ਆਪਾਂ ਆਖਾਂਗੇ ਉਹ ਮੂੰਹਾਂ ਬੰਨਿਆ ਤਾਂ ਉਹਨੇ ਬੰਨ ਹੋਣਾ, ਜੇ ਉਹਨੂੰ ਆਖਣਾ ਛੱਡਣਾ ਛੱਡ, ਜੇ ਉਹਨੇ ਆਖਿਆ ਨਹੀਂ ਛੱਡਣਾ ਨਹੀਂ ਛੱਡਣਾ, ਉਹ ਆਪਣੇ ਆਖੇ 'ਤੇ ਸੀਰੀ ਨੇ ਕੰਮ ਕਰਨਾ। ਇਹ ਆ ਸਰਕਾਰਾਂ ਦਾ ਹੈ, ਜੇ ਸਰਕਾਰ ਆਖਦੇਗੀ DC ਨੂੰ, ਇਹ ਭਗਵੰਤ ਮਾਨ ਆਖਦੇਗਾ ਵੀ ਆਪਾਂ ਖਰਜ ਕਰ ਦਈਏ ਤਾਂ ਖਰਜ ਹੋ ਜਾਣੀ, ਜੇ ਉਹਨੇ ਆਖਿਆ ਨਹੀਂ ਇਹਨਾਂ ਪਤੋੜਨੀ ਗਾ ਨਵੀਂ ਲਾ ਦੇਣੀ, ਨਵੀਂ ਲੱਗੀ ਜਾਣੀ। ਹੁਣ ਸਾਲ ਪਹਿਲਾਂ ਇਹਨੇ ਇਹਨਾਂ ਇੱਕ ਅਪੀਲ ਅਸੀਂ ਇਹ ਕਰਦੇ ਹਾਂ ਸਰਕਾਰ ਨੂੰ, ਅਸੀਂ ਤਾਂ ਵੱਧ ਤੋਂ ਵੱਧ ਅਪੀਲ ਕਰਦੇ ਹਾਂ ਵੀ ਵੱਧ ਤੋਂ ਵੱਧ, ਪਹਿਲਾਂ ਤਾਂ ਸਾਨੂੰ ਆ ਜਿਹੜਾ ਅੱਜ ਸਾਨੂੰ ਇਹਨਾਂ ਭਰਮ ਪਾ ਦਿੱਤਾ ਵੀ ਉਹਦਾ ਪੇਟ ਖਰਾਬ, ਤੁਸੀਂ ਆਖਿਆ ਵੀ ਦਿਮਾਗੀ ਹਾਲਤ ਹੁੰਦੀ ਇਹ 'ਚ ਫਰਕੇ, ਅਸੀਂ ਕਹਿੰਦੇ ਮਹਾਰਾਜ ਨਾ ਹੀ ਵੀ ਇਹੋ ਜਿਹਾ ਕੰਮ ਕਰੇ ਸੱਚੇ ਪਾਤਸ਼ਾਹ, ਅਸੀਂ ਗੁਰੂ ਰਾਮਦਾਸ ਨੂੰ ਮੰਨ ਲਿਆ, ਗੁਰੂ ਪਾਤਸ਼ਾਹ ਨੂੰ ਇਹੋ ਜਿਹਾ ਕੰਮ ਹੋਣਾ ਹੀ ਨਹੀਂ ਗਾ, ਸਾਨੂੰ ਪਤਾ ਨਹੀਂ ਹੋਣਾ, ਗੁਰੂ ਸਾਡੇ ਨਾਲ ਹੈ, ਸਾਡਾ ਪਰਮਾਤਮਾ ਸਾਡਾ ਭਰੋਸਾ ਹੁੰਦੇ ਗੁਰੂ ਸਾਡੇ 'ਤੇ, ਸਾਡਾ ਗੁਰੂ ਬਹੁਤ ਤਗੜਾ ਹੈ, ਜਿੰਨਾ ਇਹ ਸਾਡੇ ਗੁਰੂ 'ਤੇ ਭਰੋਸਾ ਹੈ, ਨਾ ਸਾਨੂੰ ਕਿਸੇ ਬੰਦੇ 'ਤੇ ਨਹੀਂ ਭਰੋਸਾ, ਸਾਨੂੰ ਬੰਦੇ 'ਤੇ ਨਹੀਂ ਭਰੋਸਾ, ਇੱਕ ਦਾ ਕਰੋੜਾਂ ਰੁਪਈਏ ਪਏ ਹੁਣ, ਇੱਕ ਦਾ ਸਾਡਾ ਗੁਰੂ ਹੈ, ਸਾਨੂੰ ਗੁਰੂ 'ਤੇ ਭਰੋਸਾ, ਕਰੋੜਾਂ ਰੁਪਈਆਂ 'ਤੇ ਸਾਨੂੰ ਭਰੋਸਾ ਨਹੀਂ ਆਉਣਾ। ਅਤੇ ਇਹ ਮੈਂ ਸਰਕਾਰ ਨੂੰ ਆਉਣਾ ਵੀ ਸਾਨੂੰ ਜਲਦੀ ਤੋਂ ਜਲਦੀ ਜਿਹੜੀ ਜੇਲ੍ਹ ਏ, ਜੇਲ੍ਹ ਸੁਪਰਡੈਂਟ ਏ, ਜੇ ਜੇਲ੍ਹ ਜਿਹੜੀ ਸਾਂਭਦੀ, ਉਹ ਸਾਨੂੰ ਉਹਦੇ 'ਚੋਂ ਉਹ ਪੁੱਛ ਕੇ ਸਾਨੂੰ ਸਿੱਧੀ ਉਹਦੇ ਸਾਡੇ ਮੁੰਡੇ ਨਾਲ ਗੱਲ ਕਰਾਈ ਜਾਵੇ ਵੀ ਸਾਨੂੰ ਪਤਾ ਲੱਗ ਸਕੇ ਵੀ ਸਾਡਾ ਮੁੰਡਾ ਕਿਹੜੀ ਹਾਲਤ 'ਚ, ਚੰਗੀ 'ਚ ਕਿ ਮਾੜੀ 'ਚ। ਸਾਨੂੰ ਆਪੇ ਉਹਨੇ ਜਦੋਂ ਗੱਲ ਦੱਸੀ, ਸਾਨੂੰ ਆਪੇ ਪਤਾ ਲੱਗ ਜਾਣਾ ਉਹ ਚੰਗੀ 'ਚ ਕਿ ਮਾੜੀ 'ਚ। ਫਿਰ ਸਰਕਾਰਾਂ ਨੂੰ ਇਹ ਗੱਲ ਅਸੀਂ ਇਹ ਵਾਰ ਵਾਰ ਆਉਣੇ ਹਾਂ, ਅੱਬਲ ਤਾਂ ਉਹਨਾਂ ਨੂੰ ਛੱਡਣਾ ਚਾਹੀਦਾ, ਤੁਰੰਤ ਹੀ ਛੱਡਣਾ ਚਾਹੀਦਾ, ਕੋਈ ਗੁਨਾਹ ਨਹੀਂ ਹੈਗਾ। ਜੇ ਗੁਨਾਹ ਤਾਂ ਲੋਕਾਂ ਦੇ ਜੱਗ ਜ਼ਾਹਰ ਕਰਨ, ਅਤੇ ਨਹੀਂ ਗਿਣਾ ਤਾਂ ਉਹਨਾਂ ਨੂੰ ਇੱਧਰ ਅੱਬਲ ਤਾਂ ਛੱਡਣ, ਨਹੀਂ ਤਾਂ ਇੱਧਰ ਲੈ ਜੇਲ੍ਹ ਕਿਸੇ 'ਚ ਮਰਜ਼ੀ ਲੈ ਆਉਣਾ, ਅਸੀਂ ਇਹ ਨਹੀਂ ਆਉਂਦੇ ਹੁਣੇ ਜਾਂਦੇ ਛੱਡ ਦਿਓ ਉਹਨਾਂ ਰਸਤੇ ਲਾ ਦਿਓ, ਅਸੀਂ ਇੱਧਰ ਕਿਹੜੀ ਮਰਜ਼ੀ ਜੇਲ੍ਹ 'ਚ ਲੈ ਆਉਣ, ਸਾਨੂੰ ਇਹ ਤਾਂ ਸੌਖਾ ਹੈ ਮਿਲਣਾ।
ਵੀ ਅਸੀਂ ਇੱਥੇ ਜਾ ਕੇ ਮੇਲਾਵਾਂ ਕਰਾਂਗੇ, ਜਦ ਜਦੋਂ ਸਰਕਾਰ ਨੇ ਛੱਡਣਾ ਆਪਣੀ ਮਰਜ਼ੀ ਨਾਲ ਛੱਡ ਦੇਵੇ, ਅਤੇ ਅਸੀਂ ਤਾਂ ਇਹ ਮੈਂ ਅਪੀਲ ਕਰਨਾ ਤੁਹਾਡੇ ਰਾਹੀਂ ਬਈ ਇੱਕ ਤਾਂ ਇੱਧਰ ਲੈ ਆਉਣ ਛੇਤੀ ਤੋਂ ਛੇਤੀ, ਅਤੇ ਇੱਕ ਉਹ ਜਿਹੜਾ ਸਾਨੂੰ ਇਹ ਜਿਹੜਾ ਆਪਣੇ ਇਹਦੇ ਮੋਬਾਈਲ 'ਤੇ ਸਾਨੂੰ ਕਹਿੰਦੇ ਨਾ ਅੱਜ ਸਵੇਰ ਗੱਲ ਜ਼ਰੂਰ ਕਰਾਈ ਜਾਵੇ ਅਸੀਂ ਤੁਹਾਡੇ ਰਾਹੀਂ ਆਹ ਗੱਲ ਨੂੰ ਸਰਕਾਰ ਦੇ ਉੱਧਰਲੀ ਨੂੰ ਆਉਣੇ ਆਸਾਮ ਦੀ ਨੂੰ ਵੀ ਸਾਨੂੰ ਗੱਲ ਕਰਾਈ ਜਾਵੇ, ਇੱਧਰਲੇ ਭਗਵੰਤ ਮਾਨ ਨੂੰ ਵੀ ਆਉਣੇ ਆ, ਤੂੰ ਨਵਾ ਕੇ ਸਾਡੀ ਗੱਲ ਕਰਵਾ ਅਤੇ ਉਹ ਸਾਡੇ ਮੁੰਡੇ ਦਾ ਤੂੰ ਪਤਾ ਲੈ ਕੇ ਦੱਸ ਵੀ ਸਾਡਾ ਮੁੰਡਾ ਕਿਹੜੀ ਹਾਲਤ 'ਚ। ਨਹੀਂ ਕੋਈ ਨਹੀਂ, ਸਾਨੂੰ ਪਤਾ ਲੱਗੇਗਾ ਵੀ ਕੋਈ ਨਹੀਂ। ਅੰਮ੍ਰਿਤਪਾਲ ਦੇ ਮਾਤਾ ਪਿਤਾ ਉੱਦਣ ਗਏ ਸੀ, ਉਹ ਆਉਂਦੇ ਠੀਕ ਹੈ, ਚੜ੍ਹਦੀ ਕਲਾ ਸਾਨੂੁੁ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 ੁ
ਵੈਸੇ ਨਹੀਂ ਸਾਨੂੰ ਤੇ ਦਿਮਾਗੀ ਦਾ ਤੇ ਨਹੀਂ ਸਾਨੂੰ ਕੋਈ ਵੀ ਇਹੋ ਜਿਹਾ ਹੈਗਾ ਵੀ ਉਹਨੂੰ ਹੈ ਹੀ ਨਹੀਂ ਸੀ ਇਹੋ ਜਿਹੀ ਚੱਲ ਪੀ ਅੱਗੇ ਖੂਨ ਉਹਦਾ ਸੰਘਣਾ ਇਸ ਤੱਕ ਚੱਲ ਖੂਨ ਖਾਣ ਦਾ ਹੋਵੇਗਾ ਵੀ ਮੰਨਦੇ ਹੁਣ ਪਤਾ ਨਹੀਂ ਸਾਨੂੰ ਵੀ ਕੀ ਉਹਨੂੰ ਹੈ ਆ ਕੀ ਨਹੀਂ ਹੈ ਵੀ ਸਾਡੇ ਨਾਲ ਕੋਈ ਫੋਨ 'ਤੇ ਗੱਲ ਹੁੰਦੀ ਫਿਰ ਹੀ ਸਾਨੂੰ ਪਤਾ ਲੱਗਣਾ ਸੀਗਾ ਜੇ ਫੋਨ 'ਤੇ ਕਰਾਉਂਦੇ ਵੀ ਤੁਹਾਡੇ ਬੱਚੇ ਨੂੰ ਆਹ ਗੱਲ ਆ ਤਾਂ ਵੀ ਅਸੀਂ ਚੱਲ ਸਾਨੂੰ ਪਤਾ ਲੱਗ ਜਾਂਦਾ ਹੁਣ ਤਾਂ ਅਸੀਂ ਤੜਫਣਾ ਹੀ ਹਾਂ ਵੀ ਜਿੰਨੇ ਦਿਨ ਜਾਂਦੇ ਨਹੀਂ ਕਿ ਜਾ ਕੇ ਮਿਲਦੇ ਨਹੀਂ ਕਿ ਉਨੇ ਦਿਨ ਤੜਫੀ ਜਾਵਾਂਗੇ ਵੀ ਪਹਿਲਾਂ ਕਦੇ ਗੱਲ ਹੋਈ ਤੁਹਾਡੀ ਪਹਿਲਾਂ 2-3 ਮਹੀਨੇ ਹੋ ਗਏ ਉਦੋਂ ਹੋਈ ਸੀ ਉਹਦੇ ਬਾਅਦ 'ਚ ਨਹੀਂ ਹੋਈ ਕਿਤੇ ਉਹ ਵੀ ਉਹ ਜੇਲ੍ਹ ਪ੍ਰਸ਼ਾਸਨ ਦੇ ਜਿਹੜੇ ਬੰਦੇ ਨੇ ਰੱਖੇ ਹੁੰਦੇ ਉਹ ਹੀ ਕਰਾਉਂਦੇ ਸੀਗੇ ਵੀ ਅੱਧਾ ਅੱਧਾ ਘੰਟਾ ਗੱਲ ਵੀ ਕੋਈ ਮਿਲੇ ਹੋ ਕਦੇ ਤੁਸੀਂ ਨਾ ਨਾ ਮੈਨੂੰ ਮੈਂ ਤਾਂ 16-17 ਮਹੀਨੇ ਹੋ ਚੱਲੇ ਮੈਨੂੰ ਅਤੇ ਵੀ ਮੈਂ ਇੱਥੇ ਜਾਇਆ ਹੀ ਨਹੀਂ ਜਾਣਾ ਨਾ ਮੈਂ ਹਾਰਟ ਦੀ ਮਰੀਜ਼ ਹਾਂ ਸ਼ੂਗਰ ਦੀ ਮਰੀਜ਼ ਹਾਂ ਮੈਂ ਤਾਂ ਦਵਾਈ ਖਾ ਕੇ ਘੜੇ 'ਚੋਂ ਪਾਣੀ ਦਾ ਗਲਾਸ ਪੀ ਪਾ ਕੇ ਨਹੀਂ ਪੀ ਸਕਦੀ ਵੀ ਅਤੇ ਹੁਣ ਵੀ ਇੰਨਾ ਜਾਣਾ ਸੀ ਅਤੇ ਮੈਂ ਆ ਸਿਰਫ ਆਪਦੀ ਮੈਂ ਇਕੱਲੀ ਘਰ ਰਹਿਣਾ ਕਰ ਆਪਦੀ ਰੋਟੀ ਪਿੱਛੇ ਮਾਂ ਦੀ ਕੁੜਮ ਨਹੀਂ ਮੰਗਵਾਈ ਹੈ ਵੀ ਚੱਲ ਮੈਨੂੰ ਰੋਟੀ ਬੁਰਕੀ ਲਾ ਦੇਗੀ ਵੀ ਅਤੇ ਹੋਰ ਕਿਸ ਤਰ੍ਹਾਂ ਚਿੰਤਾ ਰਹਿੰਦੀ ਹੈ ਤੁਹਾਨੂੰ ਚਿੰਤਾ ਤਾਂ ਬਹੁਤ ਰਹਿੰਦੀ ਆ ਚਿੰਤਾ ਨਾਲ ਤਾਂ ਦਿੰਦੇ ਨੇ ਵੀ ਮਰੇ ਪਏ ਕੁਛ ਬਿਮਾਰੀਆਂ ਖਾ ਲਿਆ ਕੁਛ ਚਿੰਤਾ ਨੇ ਖਾ ਲੈਣਾ ਵੀ ਚੱਲ ਸਾਨੂੰ ਅਸੀਂ ਤਾਂ ਇਹੋ ਆਨੇ ਸਾਡੀ ਫੋਨ 'ਤੇ ਗੱਲ ਕਰਾ ਦਿਉ ਸ਼ਾਮਾਂ ਤੀਕਰ ਅਸੀਂ ਤਾਂ ਫਿਰ ਵੀ ਉਹਨਾਂ ਦਾ ਸ਼ੁਕਰ ਗਿਆ ਸਾਡਾ ਵੀ ਫੋਨ 'ਤੇ ਸ਼ਾਮਾਂ ਤੀਕਰ ਮੇਰੀ ਗੱਲ ਕਰਾ ਦੇਣ ਮੈਨੂੰ ਫਿਰ ਸ਼ਾਂਤੀ ਆਵੇਗੀ ਅਪੀਲ ਇਹੋ ਹੀ ਆ ਵੀ ਗੱਲ ਕਰਾਈ ਜਾਵੇ ਤਾਂ ਸਾਨੂੰ ਵੀ ਮਿਲਾਇਆ ਜਾਵੇ ਅਤੇ ਦੂਜੀ ਗੱਲ ਇੱਧਰ ਅੱਬਲ ਤਾਂ ਇੱਧਰ ਲੈ ਆਉਣ ਅਤੇ ਨਹੀਂ ਤਾਂ ਵੀ ਆ ਵੀ ਜੇ ਉਹਨਾਂ ਦਾ ਵੀ ਕੋਈ ਹੈ ਤਾਂ ਸਾਨੂੰ ਖੁੱਲ੍ਹ ਕੇ ਮਿਲ ਦਿੰਦੇ ਨੇ ਵੀ ਸਾਨੂੰ ਵੀ ਇੱਧਰ ਲਿਆ ਕੇ ਮਿਲਾ ਦੇਣਾ ਅਸੀਂ ਰੋਜ਼ ਦਿਹਾੜੀ ਪੰਡਾਂ ਨਾਲ ਪੈਸਾ ਕਿੱਥੋਂ ਭਰਗੇ ਕਿੱਥੋਂ ਅਸੀਂ ਗਰੀਬ ਘਰ ਪਈ ਅਸੀਂ 4 ਕਿੱਲਿਆਂ 3 ਦੇ ਮਾਲਕ ਅਸੀਂ ਕਿੱਥੋਂ ਜਾ ਜਾ ਕੇ ਇੰਨਾ ਪੈਸਾ ਲਾਈਏ ਵੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ